अमृतसर विच वख-वख किसान जत्थेबंदियां ने अज प्रधानमंत्री नरेंद्र मोदी का पुतला फूक के उन्हां दा वरीना मनाया। इस दे नाल ही किसान जत्थेबंदियां वल्लों केंद्र सरकार दे खिलाफ जाम के रोस प्रदर्शन अते पिट स्यापा कीता गया। मेरा नाम विजेंद्र सिंह कोड़ला, किसान नौजवान संघर्ष कमेटी सूबा आगू। अज जिहड़ा पुतला फूकिया गया, साडियां किसान जत्थेबंदियां दिल्ली जिहड़ा मोर्चा लगा, जिहड़े असीं पंजाब दे विच 100 तों वध थावां ते मोर्चे ला के बैठे हाँ, उन्हां दी अज सालगिरह। और मोदी साहब दा अज जिहड़ा वरीना आ, जिन्हों पंजाबी दे विच सारे दुनिया कहिंदी कि वरीना कर रहे हैं, इस साल बाद वरीना मना रहे हैं। असीं अज मोदी सरकार दा वरीना भी कर चुके हाँ, पर इस सरकार नूं अजे तक शर्म नहीं आई। 700 तों वध किसान शहीद हो गए, 365 दिन तों उपर सानूं अज हो गए आ, दूसरे साल दे विच असीं शुरुआत कर चुके हाँ। अज 1 अक्तूबर आ, 1 अक्तूबर 2020 नूं पंजाब दे अंदर जिहड़ा पक्का मोर्चा जिहड़ा वो टोल प्लाजां दे, रिलायंस पंपां दे, बीजेपी दे आगूआं दे घरां ते, रेल दीआं सड़कां दे उत्ते जिहड़ा वो लाया गया सी तिन्नां खेती कानूनां नूं वापस लैण लई। और अज 1 अक्तूबर आ, 1 साल जिहड़ा अज पूरा हो गया। सो एक तरह ना अज मोर्चे की जिहड़ी आ वरेगंढ आ, पूरा साल लड़न के बावजूद, 700 तो उपर किसानां दीआं शहीदियां हो जाण के बावजूद, जिहड़ी केंद्र दे फाशीवादी मोदी सरकार आ, उहने किसानां दा मसला जिहड़ा उह हल नहीं कीता। और कारपोरेटां दे इशारे दे उत्ते सरकार जिहड़ी आ उह किसान मंगां वल पिट करके खड़ी होई होई आ। इस करके अज असीं ਇਹ ਐਦ ਲੈਣ ਲਈ ਫਿਰ ਇੱਥੇ ਇਕੱਠੇ ਹੋਏ ਹਾਂ ਵੀ ਇਹ ਮੋਰਚੇ ਨੂੰ ਉਨਾ ਚਿਰ ਤੱਕ ਅਸੀਂ ਲੜਾਂਗੇ ਜਿੰਨਾ ਚਿਰ ਇਹ ਮੋਰਚਾ ਅਸੀਂ ਜਿੱਤ ਨਹੀਂ ਲੈਂਦੇ। ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, MSP ਦਾ ਕਾਨੂੰਨ ਨਹੀਂ ਬਣ ਜਾਂਦਾ, ਬਿਜਲੀ ਐਕਟ 2020 ਜਿਹੜਾ ਸੋਧ ਬਿੱਲ ਆ ਉਹ ਵਾਪਸ ਨਹੀਂ ਲਿਆ ਜਾਂਦਾ, ਅਤੇ ਪੋਲੂਸ਼ਨ ਵਾਲੇ ਜਿਹੜੀ ਕਿਸਾਨ ਵਿਰੋਧੀ ਧਾਰਾ ਉਹ ਰੱਦ ਨਹੀਂ ਕੀਤੀ ਜਾਂਦੀ, ਉਨਾ ਚਿਰ ਇਹ ਸਾਰਾ ਸੰਘਰਸ਼ ਜਿਹੜਾ ਉਹ ਲੜਿਆ ਜਾਊਗਾ। ਇਹਦੀ ਅਸੀਂ ਅੱਜ ਇੱਥੇ ਜਿਹੜਾ ਉਹ ਮਤਲਬ ਇੱਕ ਤਰ੍ਹਾਂ ਕਮਿਟਮੈਂਟ ਕਰਨਾ ਆ, ਇੱਕ ਪ੍ਰਤੀਗਿਆ ਲੈਣਾ। ਕੱਲ੍ਹ DC ਸਾਹਿਬ ਨੇ ਜਿਹੜਾ ਅਨਾਊਂਸ ਕੀਤਾ ਸੀ ਕਿ ਜਿਹੜਾ ਕਿਸਾਨਾਂ ਦੇ ਪਰਚੇ ਨੇ ਹਾਈਵੇ ਦੇ ਉਹ ਵੀ ਜਿਹੜੇ ਆ ਰੱਦ ਕੀਤੇ ਜਾਣਗੇ, ਪੋਲਿਊਸ਼ਨ ਵਾਲਾ ਜਿਹੜਾ ਮਸਲਾ ਪਰਾਲੀ ਦਾ ਇਹਨੂੰ ਵੀ ਜਿਹੜਾ ਹੱਲ ਕੀਤਾ ਜਾਏਗਾ, ਉਹ ਤੋਂ ਬਾਅਦ ਧਰਨਾ ਲਾਉਣਾ ਜਿਹੜਾ ਜੀ? ਨਹੀਂ ਨਹੀਂ ਇਹ ਧਰਨਾ ਦੇਖੋ ਇਹ ਤਾਂ ਛੋਟੀਆਂ ਗੱਲਾਂ ਨੇ, ਇਹ ਇਸ ਮੋਰਚੇ ਦੀਆਂ ਛੋਟੀਆਂ ਮੰਗਾਂ ਨੇ। ਪਰਚੇ ਬਹੁਤ ਦਰਜ ਹੋਏ, ਪਰਚੇ ਬਹੁਤ ਰੱਦ ਵੀ ਹੋਏ, ਪਰਾਲੀ ਵਾਲੇ ਪਰਚੇ ਜਿਹੜੇ ਆ ਉਹ ਵੱਖਰੇ ਕਿਸਾਨਾਂ ਦੇ ਹਰ ਸਾਲ ਦਰਜ ਕੀਤੇ ਜਾਂਦੇ ਆ। ਜਦੋਂ ਕਿ ਪਰਾਲੀ ਸਾੜਨ ਵਾਲੇ ਮਸਲੇ ਦਾ ਵਿਗਿਆਨਕ ਹੱਲ ਕੋਈ ਨਹੀਂ ਕੀਤਾ ਜਾ ਰਿਹਾ, ਉਹਦੇ 'ਚ ਸਾਡੀ ਮੰਗ ਆ ਵੀ ਸਰਕਾਰ ਕਿਸਾਨਾਂ ਨੂੰ 2000 ਰੁਪਈਆ ਪ੍ਰਤੀ ਏਕੜ ਜਿਹੜਾ ਪਰਾਲੀ ਨੂੰ ਸੰਭਾਲਣ ਦਾ ਜਿਹੜਾ ਉਹਦਾ ਖਰਚਾ ਆਉਂਦਾ ਉਹਦਾ ਜਿਹੜੇ ਆ ਉਹ ਮੁਆਵਜ਼ਾ ਦੇਵੇ, ਤਾਂ ਕੋਈ ਕਿਸਾਨ ਜਿਹੜਾ ਉਹ ਪਰਾਲੀ ਜਿਹੜੀ ਆ ਨਹੀਂ ਸਾੜੂਗਾ। ਉਹਦਾ ਇਹ ਹੱਲ ਆ ਵੀ ਸਰਕਾਰ ਆਪਣੇ ਜੇਬ ਦੇ ਵਿੱਚੋਂ ਇੱਕ ਕੌਡੀ ਵੀ ਨਹੀਂ ਖਰਚਣਾ ਚਾਹੁੰਦੀ, ਔਰ ਸਾਰੇ ਦਾ ਸਾਰਾ ਭਾਰ ਜਿਹੜਾ ਉਹ ਪਹਿਲਾਂ ਹੀ ਕਰਜ਼ੇ 'ਚ ਦੱਬੇ ਹੋਏ ਕਿਸਾਨਾਂ ਦੇ ਸਿਰ 'ਤੇ ਜਿਹੜਾ ਪਾਉਣਾ ਚਾਹੁੰਦੀ ਆ। ਸੋ ਸਰਨਿਆਂ ਦੇ ਪੋਲਿਊਸ਼ਨ ਦਾ 8% ਹਿੱਸਾ ਸਾਰਾ, ਜਿਹੜੀ ਪੋਲਿਊਸ਼ਨ ਲਈ ਗੱਡੀਆਂ ਦਾ ਧੂੰਆਂ, ਕਾਰਖਾਨੇ ਦਾ ਧੂੰਆਂ, ਮਿੱਟੀ ਘੱਟਾ, ਕੰਸਟਰਕਸ਼ਨ ਵਰਕ ਉਹ ਇਹਦੇ ਲਈ ਜ਼ਿੰਮੇਵਾਰ ਹੈ। ਸੋ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਵੀ ਫਿਰ ਇਹ ਕਿਉਂ, ਸਾਡੀ ਮੁੱਖ ਮੰਗ ਆ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਦੀ। ਵੇਖੋ ਜੀ, 300 ਲਗਭਗ ਜਿਹੜਾ 365 ਦਿਨ, 12 ਤੋਂ ਵੱਧ ਬੈਠਕਾਂ, 700 ਤੋਂ ਵੱਧ ਸ਼ਹੀਦੀਆਂ, ਸਰਕਾਰ ਫਿਰ ਵੀ ਜਿਹੜੀ ਆ ਉਹ ਕਿਸਾਨਾਂ ਨੂੰ ਜਿਹੜਾ ਵਾ ਉਹ ਹੱਕ ਦੇਣ ਤੋਂ ਜਿਹੜੀ ਰੋਕ ਰਹੀ ਆ, ਅੱਗੇ ਕਿਸਾਨਾਂ ਦਾ ਜਿਹੜਾ ਵਾ ਪ੍ਰੋਗਰਾਮ ਕੀ ਹੋਊਗਾ? ਦੇਖੋ, ਇਹ ਕਿਹਾ ਜਾਂਦਾ ਵੀ ਸਾਡਾ ਦੇਸ਼ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਇਹ ਬੜੇ ਦਾਅਵੇ ਨਾਲ ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ, ਸਾਡੇ ਦੇਸ਼ ਦੀਆਂ ਹਾਕਮ ਪਾਰਟੀਆਂ, ਵੱਡੇ ਵੱਡੇ ਲੀਡਰ ਨਾਲ ਲੀਡਰ ਕਹਿੰਦਾ ਵੀ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਜੇ ਇਹ ਡੈਮੋਕ੍ਰੇਸੀ ਆ ਤਾਂ ਫਿਰ ਇੱਥੇ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਸੀਗੀ। ਮਤਲਬ ਇੰਨਾ 1 ਸਾਲ ਦਾ ਜਿਹੜਾ ਅੰਦੋਲਨ ਆ ਉਹਦੇ 'ਚ 700 ਤੋਂ ਵੱਧ ਜਿਹੜੀ ਕੁਰਬਾਨੀ ਹੋ ਚੁੱਕੀ ਆ, ਅਤੇ ਸਰਕਾਰ ਟਸ ਤੋਂ ਮਸ ਨਹੀਂ ਹੋਈ, ਕਾਹਦੀ ਡੈਮੋਕ੍ਰੇਸੀ ਹੈ? ਅੱਜ ਬਿਲਕੁਲ ਫਾਸ਼ੀਵਾਦੀ ਰੂਲ ਜਿਹੜਾ ਆ, ਡਿਕਟੇਟਰਸ਼ਿਪ ਦਾ ਰੂਲ ਜਿਹੜਾ ਆ, ਹਿਟਲਰ ਸ਼ਾਹੀ ਦਾ ਰੂਲ ਜਿਹੜਾ ਸਾਡੇ ਦੇਸ਼ 'ਚ BJP ਨੇ ਸਥਾਪਿਤ ਕੀਤਾ ਆ, ਔਰ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਝੰਡਾ ਆ ਉਹਦਾ ਵਾਹਨ ਬਣੀ ਹੋਈ ਆ BJP
जिन्ना चर अडानी बानी जिन्ना चर कारपो रेड कराने देसी विदेशी कारपो रेड कराने जोड़े आ वो ये हाँ नहीं करते उन्ना चर सरकार जी एवें ना की सरकार आ उन्हों की मर्जी चल रही आ कानून रद्द नहीं कर देना चाहते एक करके सरकार नहीं कर रही।